ਭਾਅ ਜੀ ਅੱਜ ਹਾਈਟ ਮਾਰਕੀਟ ਵਿੱਚ ਨਾ ਜੀ ਮਕੈਨਿਕ ਵਾਲਾ ਸ਼ੋਪ ਸੀਗੀ, ਉਹਨਾਂ ਤੋਂ ਇਨਫੋਰਮੇਸ਼ਨ 'ਤੇ ਬੇਸ 'ਤੇ ਛਾਪਾ ਮਾਰਿਆ ਅਤੇ ਉੱਥੋਂ 50 ਕੁ ਪੇਟੀਆਂ ਮਿਲੀਆਂ ਜੀ ਅੰਦਾਜ਼ਨ। ਹੋਰ ਕੁਛ ਬਰਾਮਦ ਹੋਇਆ ਜੀ ਸ਼ਾਪ ਤੋਂ? ਨਹੀਂ ਜੀ, ਬਸ। ਕਿਹੜੇ ਕਿਹੜੇ ਬ੍ਰਾਂਡ? ਕਿਹੜੇ ਬ੍ਰਾਂਡ ਹੈ? ਮਿਕਸ ਬ੍ਰਾਂਡ ਹੈਗੇ ਜੀ 3-4। ਸਰ ਆਪਣਾ ਨਾਮ ਅਤੇ ਟੈਕਨੀਸ਼ੀਅਨ? ਰਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਜੀ। ਇੰਸਪੈਕਟਰ ਸਾਹਿਬ, ਕੀ ਅੱਜ ਪੂਰਾ ਮਾਮਲਾ, ਜਿਹੜੀ ਸ਼ਰਾਬ ਫੜੀ ਗਈ, ਕਿੱਥੋਂ ਫੜੀ ਗਈ ਅਤੇ ਕਿੰਨੀਆਂ ਪੇਟੀਆਂ ਹੈਗੀਆਂ? ਭਾਅ ਜੀ ਅੱਜ ਹਾਈਟ ਮਾਰਕੀਟ ਵਿੱਚ ਨਾ ਜੀ ਮਕੈਨਿਕ ਵਾਲਾ ਸ਼ੋਪ ਸੀਗੀ, ਉਹਨਾਂ ਤੋਂ ਇਨਫੋਰਮੇਸ਼ਨ 'ਤੇ ਬੇਸ 'ਤੇ ਛਾਪਾ ਮਾਰਿਆ ਅਤੇ ਉੱਥੋਂ 50 ਕੁ ਪੇਟੀਆਂ ਮਿਲੀਆਂ ਜੀ ਅੰਦਾਜ਼ਨ। ਹੋਰ ਕੁਛ ਬਰਾਮਦ ਹੋਇਆ ਜੀ ਸ਼ਾਪ ਤੋਂ? ਨਹੀਂ ਜੀ, ਬਸ। ਕਿਹੜੇ ਕਿਹੜੇ ਬ੍ਰਾਂਡ? ਕਿਹੜੇ ਬ੍ਰਾਂਡ ਹੈ? ਮਿਕਸ ਬ੍ਰਾਂਡ ਹੈਗੇ ਜੀ 3-4, ਅਤੇ ਉਹ ਚਲਦੀ ਪਈ, ਹਾਲੇ ਕਾਰਵਾਈ ਕਾਊਂਟਿੰਗ ਵਗੈਰਾ ਚਲਦੀ ਪਈ ਹੈ, ਫਿਰ ਉਸ ਤੋਂ ਬਾਅਦ ਤੁਹਾਨੂੰ ਕਾਰਵਾਈ ਕੀ ਕੀਤੀ ਗਈ ਹੈ? ਪਰਚਾ ਹੀ ਹੋਏਗਾ ਭਾਅ ਜੀ ਉਹਦੇ 'ਤੇ। ਇਹ ਗੁਪਤ ਸੂਚਨਾ ਦੇ ਉੱਪਰ ਕੀਤੀ ਗਈ ਜੀ? ਹਾਂਜੀ ਹਾਂਜੀ, ਇਨਫੋਰਮੇਸ਼ਨ ਸੀਗੀ ਕਿਸੇ ਦੀ, ਅਤੇ ਉਹਦੇ ਬੇਸ 'ਤੇ ਫਿਰ ਡਿਪਾਰਟਮੈਂਟ। ਠੇਕੇਦਾਰ ਬੜੇ ਘਾਟੇ ਜਾ ਰਹੇ ਰੈਵੀਨਿਊ ਵੱਲੋਂ, ਅਤੇ ਕੀ ਅੱਗੇ ਫਿਰ ਵਿਭਾਗ ਕੀ ਕਾਰਵਾਈ ਕਰੇਗਾ ਜਿਹੜਾ ਇਹਨਾਂ ਦਾ ਲੌਸ ਜਿਹੜਾ ਹੈ ਖਤਮ ਕੀਤਾ ਜਾ ਸਕੇ? ਕਿਉਂਕਿ ਜੇ ਇਸ ਤਰ੍ਹਾਂ ਰਿਹਾ ਤਾਂ ਆਉਣ ਵਾਲੇ ਸਾਲ 'ਚ ਕਿਸ ਤਰ੍ਹਾਂ ਠੇਕੇ ਚੜਨਗੇ, ਸਰਕਾਰ ਕਿਸ ਤਰ੍ਹਾਂ ਟੈਂਡਰ ਲਾਏਗੀ? ਡਿਪਾਰਟਮੈਂਟ ਵੱਲੋਂ ਤਾਂ ਭਾਅ ਜੀ ਇਹੀ ਹੈ ਕਿ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਨੇ ਉਹਨਾਂ 'ਤੇ ਕਾਰਵਾਈ ਕਰ ਰਹੇ ਆ, ਜਿੰਨੀ ਵੀ ਉਹਨਾਂ ਦੀ ਧੜਪਕੜ ਹੋ ਸਕਦੀ ਹੈ ਕਰ ਸਕਦੇ ਆ ਉਹਨਾਂ ਨੂੰ, ਤਾਂ ਕਿ ਸ਼ਰਾਬ ਉਹਨਾਂ ਦੀ ਲੀਗਲ ਸ਼ਰਾਬ ਵੇਚੀ ਜਾ ਸਕੇ ਅਤੇ ਉਹਨਾਂ ਨੂੰ ਮੁਨਾਫਾ ਹੋਵੇ ਅਤੇ ਅਗਲੇ ਸਾਲ ਵੀ ਲੈ ਸਕਣ। ਭਾਅ ਜੀ ਅੱਜ ਹਾਈਟ ਮਾਰਕੀਟ ਵਿੱਚ ਨਾ ਜੀ ਮਕੈਨਿਕ ਵਾਲਾ ਸ਼ੋਪ ਸੀਗੀ, ਉਹਨਾਂ ਤੋਂ ਇਨਫੋਰਮੇਸ਼ਨ 'ਤੇ ਬੇਸ 'ਤੇ ਛਾਪਾ ਮਾਰਿਆ ਅਤੇ ਉੱਥੋਂ 50 ਕੁ ਪੇਟੀਆਂ ਮਿਲੀਆਂ ਜੀ ਅੰਦਾਜ਼ਨ। ਹੋਰ ਕੁਛ ਬਰਾਮਦ ਹੋਇਆ ਜੀ ਸ਼ੋਪ ਤੋਂ? ਨਹੀਂ ਜੀ, ਬਸ। ਕਿਹੜੇ ਕਿਹੜੇ ਬ੍ਰਾਂਡ? ਕਿਹੜੇ ਬ੍ਰਾਂਡ ਹੈ? ਮਿਕਸ ਬ੍ਰਾਂਡ ਹੈਗੇ ਜੀ 3-4। ਸਰ ਆਪਣਾ ਨਾਮ ਅਤੇ ਟੈਕਨੀਸ਼ੀਅਨ? ਰਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਜੀ। ਇੰਸਪੈਕਟਰ ਸਾਹਿਬ, ਕੀ ਅੱਜ ਪੂਰਾ ਮਾਮਲਾ, ਜਿਹੜੀ ਸ਼ਰਾਬ ਫੜੀ ਗਈ, ਕਿੱਥੋਂ ਫੜੀ ਗਈ ਅਤੇ ਕਿੰਨੀਆਂ ਪੇਟੀਆਂ ਹੈਗੀਆਂ? ਭਾਅ ਜੀ ਅੱਜ ਹਾਈਟ ਮਾਰਕੀਟ ਵਿੱਚ ਨਾ ਜੀ ਮਕੈਨਿਕ ਵਾਲਾ ਸ਼ੋਪ ਸੀਗੀ, ਉਹਨਾਂ ਤੋਂ ਇਨਫੋਰਮੇਸ਼ਨ 'ਤੇ ਬੇਸ 'ਤੇ ਛਾਪਾ ਮਾਰਿਆ ਅਤੇ ਉੱਥੋਂ 50 ਕੁ ਪੇਟੀਆਂ ਮਿਲੀਆਂ ਜੀ ਅੰਦਾਜ਼ਨ। ਹੋਰ ਕੁਛ ਬਰਾਮਦ ਹੋਇਆ ਜੀ ਸ਼ਾਪ ਤੋਂ? ਨਹੀਂ ਜੀ, ਬਸ। ਕਿਹੜੇ ਕਿਹੜੇ ਬ੍ਰਾਂਡ? ਕਿਹੜੇ ਬ੍ਰਾਂਡ ਹੈ? ਮਿਕਸ ਬ੍ਰਾਂਡ ਹੈਗੇ ਜੀ 3-4, ਅਤੇ ਉਹ ਚਲਦੀ ਪਈ, ਹਾਲੇ ਕਾਰਵਾਈ ਕਾਊਂਟਿੰਗ ਵਗੈਰਾ ਚਲਦੀ ਪਈ ਹੈ, ਫਿਰ ਉਸ ਤੋਂ ਬਾਅਦ ਤੁਹਾਨੂੰ ਕਾਰਵਾਈ ਕੀ ਕੀਤੀ ਗਈ ਹੈ? ਪਰਚਾ ਹੀ ਹੋਏਗਾ ਭਾਅ ਜੀ ਉਹਦੇ 'ਤੇ। ਇਹ ਗੁਪਤ ਸੂਚਨਾ ਦੇ ਉੱਪਰ ਕੀਤੀ ਗਈ ਜੀ? ਹਾਂਜੀ ਹਾਂਜੀ, ਇਨਫੋਰਮੇਸ਼ਨ ਸੀਗੀ ਕਿਸੇ ਦੀ, ਅਤੇ ਉਹਦੇ ਬੇਸ 'ਤੇ ਫਿਰ ਡਿਪਾਰਟਮੈਂਟ। ਠੇਕੇਦਾਰ ਬੜੇ ਘਾਟੇ ਜਾ ਰਹੇ ਰੈਵੀਨਿਊ ਵੱਲੋਂ, ਅਤੇ ਕੀ ਅੱਗੇ ਫਿਰ ਵਿਭਾਗ ਕੀ ਕਾਰਵਾਈ ਕਰੇਗਾ ਜਿਹੜਾ ਇਹਨਾਂ ਦਾ ਲੌਸ ਜਿਹੜਾ ਹੈ ਖਤਮ ਕੀਤਾ ਜਾ ਸਕੇ? ਕਿਉਂਕਿ ਜੇ ਇਸ ਤਰ੍ਹਾਂ ਰਿਹਾ ਤਾਂ ਆਉਣ ਵਾਲੇ ਸਾਲ 'ਚ ਕਿਸ ਤਰ੍ਹਾਂ ਠੇਕੇ ਚੜਨਗੇ, ਸਰਕਾਰ ਕਿਸ ਤਰ੍ਹਾਂ ਟੈਂਡਰ ਲਾਏਗੀ? ਡਿਪਾਰਟਮੈਂਟ ਵੱਲੋਂ ਤਾਂ ਭਾਅ ਜੀ ਇਹੀ ਹੈ ਕਿ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਨੇ ਉਹਨਾਂ 'ਤੇ ਕਾਰਵਾਈ ਕਰ ਰਹੇ ਆ, ਜਿੰਨੀ ਵੀ ਉਹਨਾਂ ਦੀ ਧੜਪਕੜ ਹੋ ਸਕਦੀ ਹੈ ਕਰ ਸਕਦੇ ਆ ਉਹਨਾਂ ਨੂੰ, ਤਾਂ ਕਿ ਸ਼ਰਾਬ ਉਹਨਾਂ ਦੀ ਲੀਗਲ ਸ਼ਰਾਬ ਵੇਚੀ ਜਾ ਸਕੇ ਅਤੇ ਉਹਨਾਂ ਨੂੰ ਮੁਨਾਫਾ ਹੋਵੇ ਅਤੇ ਅਗਲੇ ਸਾਲ ਵੀ ਲੈ ਸਕਣ। ਭਾਅ ਜੀ ਅੱਜ ਹਾਈਟ ਮਾਰਕੀਟ ਵਿੱਚ ਨਾ ਜੀ ਮਕੈਨਿਕ ਵਾਲਾ ਸ਼ੋਪ ਸੀਗੀ, ਉਹਨਾਂ ਤੋਂ ਇਨਫੋਰਮੇਸ਼ਨ 'ਤੇ ਬੇਸ 'ਤੇ ਛਾਪਾ ਮਾਰਿਆ ਅਤੇ ਉੱਥੋਂ 50 ਕੁ ਪੇਟੀਆਂ ਮਿਲੀਆਂ ਜੀ ਅੰਦਾਜ਼ਨ। ਹੋਰ ਕੁਛ ਬਰਾਮਦ ਹੋਇਆ ਜੀ ਸ਼ੋਪ ਤੋਂ? ਨਹੀਂ ਜੀ, ਬਸ। ਕਿਹੜੇ ਕਿਹੜੇ ਬ੍ਰਾਂਡ? ਕਿਹੜੇ ਬ੍ਰਾਂਡ ਹੈ? ਮਿਕਸ ਬ੍ਰਾਂਡ ਹੈਗੇ ਜੀ 3-4। ਸਰ ਆਪਣਾ ਨਾਮ ਅਤੇ ਟੈਕਨੀਸ਼ੀਅਨ? ਰਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਜੀ। ਇੰਸਪੈਕਟਰ ਸਾਹਿਬ, ਕੀ ਅੱਜ ਪੂਰਾ ਮਾਮਲਾ, ਜਿਹੜੀ ਸ਼ਰਾਬ ਫੜੀ ਗਈ, ਕਿੱਥੋਂ ਫੜੀ ਗਈ ਅਤੇ ਕਿੰਨੀਆਂ ਪੇਟੀਆਂ ਹੈਗੀਆਂ? ਭਾਅ ਜੀ ਅੱਜ ਹਾਈਟ ਮਾਰਕੀਟ ਵਿੱਚ ਨਾ ਜੀ ਮਕੈਨਿਕ ਵਾਲਾ ਸ਼ੋਪ ਸੀਗੀ, ਉਹਨਾਂ ਤੋਂ ਇਨਫੋਰਮੇਸ਼ਨ 'ਤੇ ਬੇਸ 'ਤੇ ਛਾਪਾ ਮਾਰਿਆ ਅਤੇ ਉੱਥੋਂ 50 ਕੁ ਪੇਟੀਆਂ ਮਿਲੀਆਂ ਜੀ ਅੰਦਾਜ਼ਨ। ਹੋਰ ਕੁਛ ਬਰਾਮਦ ਹੋਇਆ ਜੀ ਸ਼ੋਪ ਤੋਂ? ਨਹੀਂ ਜੀ, ਬਸ। ਕਿਹੜੇ ਕਿਹੜੇ ਬ੍ਰਾਂਡ? ਕਿਹੜੇ ਬ੍ਰਾਂਡ ਹੈ? ਮਿਕਸ ਬ੍ਰਾਂਡ ਹੈਗੇ ਜੀ 3-4, ਅਤੇ ਉਹ ਚਲਦੀ ਪਈ, ਹਾਲੇ ਕਾਰਵਾਈ ਕਾਊਂਟਿੰਗ ਵਗੈਰਾ ਚਲਦੀ ਪਈ ਹੈ, ਫਿਰ ਉਸ ਤੋਂ ਬਾਅਦ ਤੁਹਾਨੂੰ ਕਾਰਵਾਈ ਕੀ ਕੀਤੀ ਗਈ ਹੈ? ਪਰਚਾ ਹੀ ਹੋਏਗਾ ਭਾਅ ਜੀ ਉਹਦੇ 'ਤੇ। ਇਹ ਗੁਪਤ ਸੂਚਨਾ ਦੇ ਉੱਪਰ ਕੀਤੀ ਗਈ ਜੀ? ਹਾਂਜੀ ਹਾਂਜੀ, ਇਨਫੋਰਮੇਸ਼ਨ ਸੀਗੀ ਕਿਸੇ ਦੀ, ਅਤੇ ਉਹਦੇ ਬੇਸ 'ਤੇ ਫਿਰ ਡਿਪਾਰਟਮੈਂਟ। ਠੇਕੇਦਾਰ ਬੜੇ ਘਾਟੇ ਜਾ ਰਹੇ ਰੈਵੀਨਿਊ ਵੱਲੋਂ, ਅਤੇ ਕੀ ਅੱਗੇ ਫਿਰ ਵਿਭਾਗ ਕੀ ਕਾਰਵਾਈ ਕਰੇਗਾ ਜਿਹੜਾ ਇਹਨਾਂ ਦਾ ਲੌਸ ਜਿਹੜਾ ਹੈ ਖਤਮ ਕੀਤਾ ਜਾ ਸਕੇ? ਕਿਉਂਕਿ ਜੇ ਇਸ ਤਰ੍ਹਾਂ ਰਿਹਾ ਤਾਂ ਆਉਣ ਵਾਲੇ ਸਾਲ 'ਚ ਕਿਸ ਤਰ੍ਹਾਂ ਠੇਕੇ ਚੜਨਗੇ, ਸਰਕਾਰ ਕਿਸ ਤਰ੍ਹਾਂ ਟੈਂਡਰ ਲਾਏਗੀ? ਡਿਪਾਰਟਮੈਂਟ ਵੱਲੋਂ ਤਾਂ ਭਾਅ ਜੀ ਇਹੀ ਹੈ ਕਿ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਨੇ ਉਹਨਾਂ 'ਤੇ ਕਾਰਵਾਈ ਕਰ ਰਹੇ ਆ, ਜਿੰਨੀ ਵੀ ਉਹਨਾਂ ਦੀ ਧੜਪਕੜ ਹੋ ਸਕਦੀ ਹੈ ਕਰ ਸਕਦੇ ਆ ਉਹਨਾਂ ਨੂੰ, ਤਾਂ ਕਿ ਸ਼ਰਾਬ ਉਹਨਾਂ ਦੀ ਲੀਗਲ ਸ਼ਰਾਬ ਵੇਚੀ ਜਾ ਸਕੇ ਅਤੇ ਉਹਨਾਂ ਨੂੰ ਮੁਨਾਫਾ ਹੋਵੇ ਅਤੇ ਅਗਲੇ ਸਾਲ ਵੀ ਲੈ ਸਕਣ।